ਲੇਟ ਪਹੁੰਚਦਾ ਤੇ ਫਿਰ ਹੁਣ ਤੱਕ ਦਿਹਾੜੀਆਂ ਲੱਗਣੀਆਂ ਬੰਦ ਹੋ ਗਈਆਂ। ਵੈਡਿੰਗ ਸ਼ੂਟ ਲੇਟ ਨਹੀਂ ਹੋ ਸਕਦੇ ਤੁਸੀਂ ਮਹਾਰਾਜ, ਜਦੋਂ ਲਾਵਾਂ ਹੋ ਗਈਆਂ ਫਿਰ ਤੁਹਾਨੂੰ ਖਾੜਾ ਸ਼ੁਰੂ ਕਰਨਾ ਹੀ ਪੈਣਾ। ਇਹ ਇਹੀ ਚੀਜ਼ ਹੈ ਜਿਹੜੀ ਜਿਹਦੇ 'ਚ ਰੀਸੈਟ ਬਟਨ ਹੈ ਨਹੀਂ ਗਾ। ਯਾਰ ਮੈਂ ਤਾਂ ਸੁਣਦਾ ਰਹਿ ਗਿਆ ਕਿ ਕੋਈ ਤਾਂ ਨਖਰੇ ਕਰ ਲਓ, ਇਹ ਦੋਨੋਂ ਇੰਨੇ ਚੰਗੇ ਕਿ ਪੁੱਛੋ ਹੀ ਨਾ, ਕਿਸੇ ਨੇ ਵੀ ਨਹੀਂ। ਜਵਾਈਆਂ ਤਾਂ ਇਹਨਾਂ ਨੇ ਇੰਨੀਆਂ ਫਿਲਮਾਂ ਬਣਾ ਲਈਆਂ, ਇਹਨਾਂ ਤੋਂ ਵੱਧ ਨਹੀਂ ਮਿਲਦਾ ਤਾਂ ਸਿਖਾ ਸਕਦਾ ਵਧੀਆ। ਕਾਰਡੀਓ ਦਾ ਟਾਈਮ ਨਹੀਂ ਸੀ ਬਚਦਾ, ਫਿਰ ਮੈਂ ਕਦੀ ਲੇਟ ਨਹੀਂ ਹੋਇਆ ਅੱਜ ਤੱਕ ਸੈੱਟ 'ਤੇ। ਮੈਂ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਨ ਲਈ ਫਿਰ ਮੈਂ ਸਾਈਕਲ ਲਿਆ ਅਤੇ ਫਿਰ ਮੈਂ ਵਾਪਸੀ ਸਾਈਕਲ 'ਤੇ ਕਰਦਾ ਸੀ ਹੋਟਲ ਤੱਕ। ਯਾਰ ਗੁਰਨਾਮ ਭਾਅ ਜੀ, ਮੈਂ ਵੀ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨੀ ਹੈ, ਚੱਲੀਏ ਆਪਾਂ ਇੱਕ ਵਾਰੀ? ਚਲੋ। ਉਹ ਨਹੀਂ ਯਾਰ, 9X ਸਟੇਸ਼ਨ 'ਤੇ ਦਿਲ ਦੀ ਗੱਲ ਕਰਨੀ ਹੈ। ਆਪਾਂ 9X ਸਟੇਸ਼ਨ 'ਤੇ ਕਰਦੇ ਹਾਂ ਜੀ ਦਿਲ ਦੀ ਗੱਲ। 9X ਸਟੇਸ਼ਨ ਆਉਣ ਦਾ ਸਵਾਲ। ਗੁਰਨਾਮ, ਕੀ ਇਹ ਸੱਚ ਹੈ ਨਵੇਂ ਜਵਾਈ ਦੇ ਘਰ 'ਚ ਆਉਣ ਨਾਲ ਪੁਰਾਣੇ ਵਾਲੇ ਦਾ ਰੋਬ ਘੱਟ ਜਾਂਦਾ ਹੈ? ਨਹੀਂ, ਦੋਨਾਂ ਦਾ ਹੀ ਰਹਿੰਦਾ। ਕੋਈ ਤਾਂ ਨਖਰੇ ਕਰ ਲੋ, ਇਹ ਦੋਨੋਂ ਇੰਨੇ ਚੰਗੇ ਕਿ ਪੁੱਛੋ ਹੀ ਨਾ, ਕਿਸੇ ਨੇ ਵੀ ਨਹੀਂ। ਫਿਲਮ 'ਚ ਹੀ ਨਖਰੇ ਕੀਤੇ ਆ ਬਸ, ਜੇ ਅਸੀਂ ਕਰਦੇ ਪਰ ਫਿਲਮ ਨਹੀਂ ਸੀ ਬਣਨੀ। ਆ ਵੀ ਤਾਂ ਹੀ ਹੈ। ਗੁਰਨਾਮ, ਸ਼ੂਟ ਦੇ ਦੌਰਾਨ ਦਿਲ ਕੀਤਾ ਕਿ ਰੀਅਲ ਲਾਈਫ 'ਚ ਵੀ ਕਿਸੇ ਦਾ ਜਵਾਈ ਬਣ ਕੇ ਸੇਵਾ ਕਰਵਾਈਏ? ਨਹੀਂ ਯਾਰ, ਮੈਂ ਤਾਂ ਕੋਈ ਐਸੀ ਸਵਿੱਚ ਬਣ ਜਾਏ ਕਿ ਮੈਂ ਵਿਆਹ ਕੈਂਸਲ ਕਰ ਦਿਆਂ ਆਪਦਾ, ਐਗਜ਼ਿਟ ਕਰ ਜਾ ਇਸ ਸਿਚੁਏਸ਼ਨ 'ਚੋਂ ਮੇਰੇ ਘਰ ਦੇ ਮੰਨਣ ਤੇ। ਪੰਕਜ, ਰੋਮਾਂਟਿਕ ਮੂਵੀਜ਼ ਕਰਨ ਤੋਂ ਬਾਅਦ ਇਸ ਵਾਰ ਫੁੱਲ ਕਾਮੇਡੀ ਦਾ ਪਲਾਨ ਕਿਵੇਂ ਬਣਿਆ? ਰੋਮਾਂਟਿਕ ਨਹੀਂ, ਮੈਂ ਤਾਂ ਵੈਸੇ ਬਹੁਤ ਕੀਤੀਆਂ, ਬੰਬੂ ਘਾਟ ਵੀ ਹੈ ਔਰ ਗੁਰਾਂ ਦਫਾ ਕਰੋ ਵੀ ਹੈ, ਪਰ ਠੀਕ ਹੈ ਰੋਮਾਂਟਿਕ ਚੰਨਾ ਮੇਰਿਆ ਅਤੇ ਹਾਈ ਐਂਡ ਯਾਰੀਆਂ ਦੀ ਗੱਲ ਕਰ ਰਹੇ ਹੋ ਤਾਂ ਬਸ ਸਕ੍ਰਿਪਟ ਦੀ ਗੱਲ ਹੈ। ਇਹ ਸਕ੍ਰਿਪਟ ਬਹੁਤ ਵਧੀਆ ਸੀਗੀ, 2-2.5 ਸਾਲ ਹੋ ਗਏ ਸਾਨੂੰ ਸਾਰਿਆਂ ਨੂੰ, ਗੁਰਨਾਮ ਭਾਅ ਜੀ, ਬੀਨੂ ਭਾਅ ਜੀ, ਮੈਂ ਸਾਰਿਆਂ ਨੂੰ ਡਿਸਕਸ ਕਰਦੇ ਹੋਏ, ਸੋ ਆਹ ਫਿਲਮ ਸਾਡੇ ਸਭ ਦੇ ਬੜੇ ਨੇੜੇ ਹੈ। ਗੁਰਨਾਮ, ਸ਼ੇਵ ਕਰਾ ਲਈ, ਵੇਟ ਘਟਾ ਲਿਆ, ਕੋਈ ਬੱਚੇ ਵਾਲਾ ਕੈਰੈਕਟਰ ਤਾਂ ਨਹੀਂ ਕਰਨ ਲੱਗੇ? Hope to see you soon. ਛੇਤੀ। ਪੰਕਜ, ਫੁੱਫੜ ਜੀ ਦੀ ਸਟੋਰੀ ਬਣਾਈ ਹੀ ਬਿੰਨੂ ਅਤੇ ਗੁਰਨਾਮ ਲਈ ਸੀ ਜਾਂ ਕਾਸਟਿੰਗ ਬਾਅਦ 'ਚ ਹੋਈ? ਨਹੀਂ, ਸਟੋਰੀ ਬਣ ਗਈ, ਬਟ ਇਹ ਫੈਕਟ ਹੈ ਕਿ ਇਹੀ ਦੋਨੋਂ ਫਸਟ ਚੋਇਸਿਸ ਸੀਗੀ ਔਰ ਮੇਰਾ ਲੱਕ ਵਧੀਆ ਹੈ ਕਿ ਇਹਨਾਂ ਦੋਨਾਂ ਨੇ ਹਾਂ ਕਰਤੀ। ਗੁਰਨਾਮ, ਸ਼ੂਟ ਵੇਲੇ ਬਿੰਨੂ ਢਿੱਲੋਂ ਦਾ ਕੋਈ ਫਨੀ ਮੂਮੈਂਟ ਸ਼ੇਅਰ ਕਰੋ। ਇਹ ਤਾਂ ਕਿਸੇ ਨਹੀਂ ਭਾਜੀ ਦੀ, ਹਰ ਗੱਲ 'ਚ ਹੀ ਫਨ ਆ ਯਾਰ। ਭਾਜੀ ਨੇ ਤਾਂ ਕੋਈ ਨਾ ਕੋਈ ਲਾਈਨ ਮਾਰ ਹੀ ਦੇਣੀ। ਉਹ ਐਕਟ ਕਰਦੇ ਆ ਕਿ ਓਵਰ ਜੇ, ਉਹ ਜਿਹੜਾ ਕਰੈਕਟਰ ਉਹਨਾਂ ਨੇ ਕਈ ਵਾਰੀ ਸਟੇਜ 'ਤੇ ਕੀਤਾ ਅਤੇ ਉਹ ਇੰਨਾ ਹਸਾਉਂਦੇ ਆ ਉਸ ਕਰੈਕਟਰ 'ਚ ਵੀ, ਉਹ ਮੈਨੂੰ ਲੱਗਦਾ ਕਿ ਬੀਨੂ ਢਿੱਲੋਂ ਜੀ ਸਭ ਤੋਂ ਬੈਸਟ ਪਰਫਾਰਮ ਕਰਦੇ ਆ ਕਰੈਕਟਰ। ਪੰਕਜ, ਸ਼ੂਟ ਵੇਲੇ ਵੈਨਿਟੀ ਵਿੱਚੋਂ ਲੇਟ ਕੌਣ ਨਿਕਲਦਾ ਸੀ, ਗੁਰਨਾਮ ਜਾਂ ਬਿੰਨੂ? ਨਹੀਂ, ਇਹ ਦੋਨੋਂ ਛੇਤੀ ਬਾਹਰ ਆ ਜਾਂਦੇ ਸੀਗੇ, ਸਗੋਂ ਮੈਨੂੰ ਲੱਭ ਰਹੇ ਹੁੰਦੇ ਸੀਗੇ ਮੈਂ ਕਿੱਥੇ ਲੇਟ। ਮੈਂ ਕੌਫੀ ਪੀ ਕੇ ਆਉਂਦੇ ਸੀ। ਗੁਰਨਾਮ, ਫਿਲਮ ਦੇ ਸਿੰਗਰ, ਕੰਪੋਜ਼ਰ ਅਤੇ ਲਿਰਿਸਿਸਟ ਤੁਸੀਂ ਹੋ, ਕੀ ਗੱਲ ਬਾਕੀਆਂ ਨਾਲ ਕੰਮ ਕਰਨਾ ਤਾਂ ਨਹੀਂ ਛੱਡ ਦਿੱਤਾ? ਨਹੀਂ ਨਹੀਂ ਯਾਰ, ਬਹੁਤ ਜ਼ਿਆਦਾ ਅਟੈਚਡ ਹੁੰਦਾ ਮੈਂ ਸਕ੍ਰਿਪਟ ਨਾਲ ਅਤੇ ਮੇਰੇ ਲਈ ਫਿਲਮ 'ਚ ਪਰਫੋਰਮ ਕਰਨਾ ਵੀ ਸੌਖਾ ਹੋ ਜਾਂਦਾ ਇਹਦੇ ਨਾਲ, ਮੈਂ ਆਪਦਾ ਫਾਇਦਾ ਸੋਚਿਆ। ਬਿਲਕੁਲ, ਤਾਂ ਹੀ ਮੈਂ ਗੁੱਡੀਆਂ ਪਟੋਲੇ, ਸੁਰਖੀ ਦਿੰਦੀ, ਆਹ ਹੁਣ ਫੁੱਫੜ ਜੀ ਸਾਰਿਆਂ ਦੇ ਗਾਣੇ ਮੈਂ ਆਪ ਲਿਖੇ ਆ। ਪੰਕਜ, ਫੁੱਫੜ ਜੀ ਫਿਲਮ ਨੂੰ ਇੱਕ ਵਰਡ 'ਚ ਬਿਆਨ ਕਰੋ। ਫੁੱਫੜ ਜੀ ਨੂੰ ਜੇ ਇੱਕ ਵਰਡ 'ਚ ਕਰਨਾ ਹੋਵੇ ਤਾਂ ਫੁੱਫੜ ਜੀ ਹੈ ਫਿਰ। ਫੁੱਫੜ ਜੀ ਆਪਣੇ ਆਪ 'ਚ ਬਹੁਤ ਵੱਡਾ ਵਰਡ ਹੈ, ਰਿਸ਼ਤੇਦਾਰੀਆਂ, ਜੁਆਇੰਟ ਫੈਮਿਲੀ। ਇੱਥੇ ਫੁੱਫੜ ਨੇ ਜਵਾਬ ਦੇਣਾ ਵੀ ਹੁਣ ਸਾਨੂੰ ਵੀ ਐਕਸਪਲੇਨੇਸ਼ਨ ਦੀ ਲੋੜ ਆ। ਸਹੀ ਗੱਲ ਹੈ। ਗੁਰਨਾਮ, UK ਸ਼ੋਅ ਲਾ ਕੇ ਆਏ ਹੋ, ਕਿੰਨੀਆਂ ਕੁ ਗੋਰੀਆਂ ਦਾ ਪਿਆਰ ਤੇ ਨੰਬਰ ਲਿਆਂਦੇ? ਨੰਬਰ ਇਹ ਪਤਾ ਨਹੀਂ ਯਾਰ, ਕਿਹਸਾ ਜਾਰੇ ਸਿੰਗਰਾਂ ਦੇ ਭਰਾਵਾ ਗਾਉਣ ਜਾਂਦੇ, ਨੰਬਰ ਥੋੜੋ ਲੈਣ ਜਾਂਦੇ, ਇਵੇਂ ਹੀ ਨਾ ਕਰਾ ਵੀਰੇ ਯਾਰ। ਪੰਕਜ, ਬਿੰਨੂ ਦੀ ਲੁੱਕ ਬੰਬੂ ਕਾਟ 'ਚ ਵੀ ਏਦਾਂ ਦੀ ਹੀ ਸੀ, ਫੁੱਫੜ ਜੀ ਦਾ ਕੈਰੇਕਟਰ ਉਹਦੇ ਤੋਂ ਕਿੰਨਾ ਕੁ ਡਿਫਰੈਂਟ ਹੈ? ਨਹੀਂ, ਰੇਸ਼ਮ ਸਿੰਘ ਤੋਂ ਡਿਫਰੈਂਟ ਹੈ, ਉਸ 'ਚ ਵੀ ਡੈਫੀਨੇਟਲੀ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰੂੰਗਾ ਕਿ ਲੁੱਕ ਔਰ ਕੈਰੇਕਟਰ 'ਤੇ ਆਲਮੋਸਟ 5 ਸਾਲ ਹੋ ਗਏ ਯਾਰ ਉਸ ਫਿਲਮ ਨੂੰ, ਬੜੀ ਸਾਰੇ ਲੋਕਾਂ ਨੇ ਕਿਹਾ ਉਸ ਕਿਸਮ ਦੀ ਫਿਲਮ ਬਣਨੀ ਚਾਹੀਦੀ ਹੈ ਅਤੇ ਉਸ ਕਿਸਮ ਦੀ ਫਿਲਮ ਨੂੰ ਪਿਆਰ ਵੀ ਬਹੁਤ ਮਿਲਿਆ ਅਤੇ ਉਸ ਤੋਂ ਕਾਫੀ ਅਲੱਗ ਹੈ ਅਪਰੋਚ ਵਿੱਚ, ਪਰਫੋਰਮੈਂਸਿਸ ਵਿੱਚ, ਇਮੋਸ਼ਨ ਵਾਈਜ਼,
ਕਾਫੀ ਕੰਮ ਕੀਤਾ ਹਾਂ ਬਟ ਲੁੱਕ ਉਹਨਾਂ ਨਾਲ ਮਿਲਦੀ ਹੈ ਕਾਫੀ ਹੱਦ ਤੱਕ ਬੰਬੂ ਘਾਟ ਵਾਲੇ ਨਾਲ। ਗੁਰਨਾਮ ਜੇ ਤੁਹਾਨੂੰ ਜਵਾਈ ਟ੍ਰੇਨਿੰਗ ਸੈਂਟਰ ਖੋਲਣ ਦਾ ਮੌਕਾ ਮਿਲੇ ਤਾਂ ਕਿਹਨੂੰ ਕਿਹਨੂੰ ਟ੍ਰੇਨਰ ਅਪੁਆਇੰਟ ਕਰੋਗੇ? ਪੰਕਜ ਬਤਰਾ ਜਵਾਈਆਂ ਦੇ ਇਹਨਾਂ ਇੰਨੀਆਂ ਫਿਲਮਾਂ ਬਣਾ ਲਈਆਂ ਇਹਨਾਂ ਤੋਂ ਵੱਧ ਨਹੀਂ ਮਿਲਦਾ ਕੁਛ ਖਾ ਸਕਦਾ ਵਧੀਆ। ਪੰਕਜ ਬੈਸਟ ਜਵਾਈ ਬਣਨ ਦੇ ਕੁਝ ਟਿਪਸ ਦਿਓ। ਬੈਸਟ ਜਵਾਈ ਬਣਨ ਦੇ ਖਾਸ ਟਿਪਸ ਇਹੀ ਹੈ ਕਿ ਜੋ ਜਵਾਈ ਨੇ ਕਹਿਤਾ ਬਸ ਉਹੀ ਸਹੀ ਹੈ ਪਹਿਲਾਂ ਤੇ ਆਖਰੀ। ਗੁਰਨਾਮ ਕੀ ਇਹ ਸੱਚ ਹੈ ਕਿ ਤੁਸੀਂ ਫੁੱਫੜ ਜੀ ਦੇ ਸੈੱਟ ਤੋਂ ਸਾਈਕਲ ਤੇ ਘਰ ਜਾਂਦੇ ਸੀ? ਹਾਂਜੀ ਇਹ ਸੱਚ ਹੈ ਜੀ, ਕਿਉਂਕਿ ਮੈਂ ਉਦੋਂ ਨਾਲ ਨਾਲ ਵੇਟ ਲੂਜ਼ ਦੀ ਮੇਰੀ ਜਰਨੀ ਚੱਲ ਰਹੀ ਸੀ ਫੋਰ ਲੇਖ ਮੂਵੀ, ਅਤੇ ਮੇਰੇ ਕੋਲ ਮੈਂ ਮਿਸ ਨਹੀਂ ਸੀ ਕਰ ਸਕਦਾ, ਅਤੇ ਜਦੋਂ ਸ਼ੂਟ ਕਰੀਦਾ ਤਾਂ ਉਦੋਂ ਜਿੰਮ ਦਾ ਟਾਈਮ ਬਹੁਤ ਘੱਟ ਰਹਿ ਜਾਂਦਾ। ਸੋ ਵੇਟ ਟ੍ਰੇਨਿੰਗ ਇੱਕ ਇੱਦਾਂ ਦਾ ਸਬਜੈਕਟ ਹੈ ਕਿ ਜਿਹੜਾ ਘੰਟੇ 'ਚ ਹੋ ਜਾਂਦਾ, ਪਰ ਜਿੰਨਾ ਮੈਂ ਵੇਟ ਲੂਜ਼ ਕਰਨਾ ਸੀ ਮੈਨੂੰ ਕਾਰਡੀਓ ਵੀ ਕਾਫੀ ਕਰਨਾ ਸੀ ਉਹਦੇ ਲਈ, ਤਾਂ ਕਾਰਡੀਓ ਦਾ ਟਾਈਮ ਨਹੀਂ ਸੀ ਬਚਦਾ। ਫਿਰ ਮੈਂ ਕਦੀ ਲੇਟ ਨਹੀਂ ਹੋਇਆ ਅੱਜ ਤੱਕ ਸੈੱਟ 'ਤੇ, ਸੋ ਮੈਂ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਨ ਲਈ ਫਿਰ ਮੈਂ ਸਾਈਕਲ ਲਿਆ, ਅਤੇ ਫਿਰ ਮੈਂ ਵਾਪਸੀ ਸਾਈਕਲ 'ਤੇ ਕਰਦਾ ਸੀ ਹੋਟਲ ਤੱਕ। ਪੰਕਜ ਹਾਲੇ ਤੱਕ ਦੇ ਕਰੀਅਰ 'ਚ ਕਿਹੜੀ ਫਿਲਮ ਤੁਹਾਡੇ ਲਈ ਬਹੁਤ ਵੱਡਾ ਚੈਲੰਜ ਰਹੀ ਹੈ? ਅਗਰ ਵੱਡਾ ਚੈਲੰਜ ਦੀ ਗੱਲ ਕਰੋਗੇ ਤਾਂ ਉਹ ਸੱਜਣ ਸਿੰਘ ਰੰਗਰੂਟ ਸੀਗੀ, ਕਿਉਂਕਿ ਉਹ ਇੱਕ ਵਾਰ ਫਿਲਮ ਸੀਗੀ ਔਰ ਬੜੀ ਰਿਸਪੋਂਸੀਬਿਲਟੀ ਆਪਣੇ ਉਹ ਯੋਧਿਆਂ ਦੇ ਬਾਰੇ ਗੱਲ ਕਹਿਣੀ ਹਿਸਟਰੀ 'ਚੋਂ ਜਿਨ੍ਹਾਂ ਨੇ ਆਪਣੀ ਲਾਈਫ ਤੱਕ ਦੇ ਦਿੱਤੀ, ਉਹ ਇੱਕ ਇਮੋਸ਼ਨਲੀ ਵੀ ਔਰ ਮੇਕਿੰਗ ਵਾਈਜ਼ ਵੀ ਉਹ ਫਿਲਮ ਇੱਕ ਕਾਫੀ ਚੈਲੰਜਿੰਗ ਸੀਗੀ। ਗੁਰਨਾਮ ਕਨਫੈਸ ਕਰੋ, ਕਿੰਨੇ ਕੁ ਵੈਡਿੰਗ ਸ਼ੋਜ਼ 'ਚ ਲੇਟ ਪਹੁੰਚੇ ਹੋ? ਲੇਟ ਪਹੁੰਚਦਾ ਤੇ ਫਿਰ ਹੁਣ ਤੱਕ ਦਿਹਾੜੀਆਂ ਲੱਗਣੀਆਂ ਬੰਦ ਹੋ ਗਈਆਂ। ਵੈਡਿੰਗ ਸ਼ੋਅ 'ਚ ਲੇਟ ਨਹੀਂ ਹੋ ਸਕਦੇ ਤੁਸੀਂ ਮਹਾਰਾਜ, ਜਦੋਂ ਲਾਵਾਂ ਹੋ ਗਈਆਂ ਫਿਰ ਤੁਹਾਨੂੰ ਖਾੜਾ ਸ਼ੁਰੂ ਕਰਨਾ ਹੀ ਪੈਣਾ। ਇਹ ਇਹੀ ਚੀਜ਼ ਹੈ ਜਿਹੜੀ ਜਿਹਦੇ 'ਚ ਰੀਸੈਟ ਬਟਨ ਹੈ ਨਹੀਂਗਾ। ਫੇਵਰੇਟ ਫੂਡ ਬਾਰੇ ਦੱਸੋ ਜਿਹਦੇ ਮੋਹਰੇ ਡਾਇਟ ਵੀ ਫੇਲ ਹੋ ਜਾਂਦੀ ਹੈ। ਪਰ ਯਾਰ ਜਦੋਂ ਡਾਇਟ ਬੰਦਾ ਕਰਦਾ ਉਹ ਕਿੱਥੇ ਭੁੱਲੀ ਜਾਂਦੀ। ਅਸੀਂ ਤਾਂ ਫੇਵਰੇਟ ਜੀ ਗ੍ਰਿਲ ਚਿਕਨ ਖਾ ਕੇ ਸਾਰ ਲਈਦਾ ਜੇ ਉਹ ਬਟਰ ਚਿਕਨ ਨਾ ਮਿਲੇ। ਮੇਰੇ ਲਈ ਇੱਕ ਚੀਜ਼ ਆ ਕਿ ਮੈਂ ਕਦੀ ਸਕਿਪ ਨਹੀਂ ਕਰ ਸਕਦਾ, ਗੁਲਾਬ ਜਾਮਣ। ਮੈਂ ਤਾਂ ਦੇਖੋ ਜੇ ਡਾਇਟ ਕਰਨੀ ਹੋਏ ਤਾਂ ਗ੍ਰਿਲ ਚਿਕਨ, ਨਹੀਂ ਤਾਂ ਫਿਰ ਆਣ ਦਿਓ ਬਟਰ ਚਿਕਨ। ਅੱਛਾ ਨਵੇਂ ਟੈਲੈਂਟ ਲਈ ਸਪੈਸ਼ਲ ਟਿਪਸ। ਫੋਕਸਡ, ਮਿਹਨਤ ਤੇ ਸਮਾਰਟਨੈਸ, ਗਧਾ ਮਜ਼ਦੂਰੀ ਨਾ ਕਰੋ। ਮੈਂ ਤਾਂ ਵੀਰੇ ਅਜੇ ਟਿਪਸ ਲੈਣ ਵਾਲਾ। ਫਿਰ ਵੀ ਹਾਂਜੀ ਇਹੀ ਗੱਲ ਹੈ ਕਿ ਯਾਰ ਐਕਚੁਲੀ ਮੈਂ ਨਾ ਮੈਂ ਲਾਈਫ ਦੇ ਉਸ ਮੋਟੋ 'ਚ ਪਹੁੰਚ ਚੁੱਕਿਆ ਕਿ ਮੈਨੂੰ ਇਹ ਲੱਗਦਾ ਕਿ ਬੰਦੇ ਦੇ ਵੱਸ ਕੁਛ ਹੈ ਨਹੀਂ, ਪਰ ਫਿਰ ਵੀ ਤੁਸੀਂ ਸਭ ਤੋਂ ਵੱਧ ਖੁਸ਼ੀ ਜੇ ਕਿਸੇ ਨੂੰ ਦੇ ਸਕਦੇ ਤਾਂ ਉਹਦੇ ਪੇਰੈਂਟਸ ਨੂੰ ਦਿਓ, ਅਤੇ ਦੁਆਵਾਂ ਤੁਹਾਡੀਆਂ ਸਾਰੀਆਂ ਮਰਜ਼ਾਂ ਦੀ ਦਵਾਈਆਂ। ਸੋ ਦੁਆਵਾਂ ਲਓ, ਸਭ ਸਹੀ ਹੋ ਜੂਗਾ ਫਿਰ।